ਤੁਹਾਡੇ ਏਰੀਆ ਦੇ ਵਿੱਚ ਇੱਕ ਸੇਵਾਦਾਰ ਤਿੰਨ ਤਿੰਨ ਚਾਰ ਚਾਰ ਮਹੀਨੇ ਸਕੰਦਰਪੁਰ ਜਾ ਕੇ ਸੇਵਾ ਕਰਦਾ ਸੀ। ਇੱਕ ਵਾਰ ਕੀ ਹੋਇਆ, ਘਰ ਦੇ ਵਿੱਚ ਇੱਕ ਵੇਲੇ ਦਾ ਆਟਾ, ਹੁਣ ਜਿਸ ਘਰ ਦੇ ਵਿੱਚ ਆਟਾ ਹੀ ਇੱਕ ਵੇਲੇ ਦਾ ਆਇਆ, ਉਸ ਘਰ ਦੇ ਹਾਲਾਤ ਦਾ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਤੇ ਕੋਈ ਹੋਰ ਖਾਣ ਵਾਲੀ ਵਸਤੂ ਕੋਈ ਹੋਊਗੀ ਕਿ ਨਹੀਂ ਹੋਊਗੀ। ਉਹਦੇ ਪਿੰਡ ਦਾ ਇੱਕ ਸਤਸੰਗੀ ਗਿਆ, ਜਾ ਕੇ ਉਹਨਾਂ ਨੂੰ ਕਹਿਣ ਲੱਗਾ ਭਾਈ ਅਗਰ ਜਿਹੜਾ ਕੋਈ ਜ਼ਰੂਰਤ ਆ ਤਾਂ ਦੱਸੋ, ਸ਼ਾਮ ਦੀ ਗੱਲ ਆ। ਔਰ ਉਹ ਪੈਰ ਕੀ ਕਹਿ ਰਹੀ ਆ, ਕਹਿੰਦੇ ਜੀ ਜ਼ਰੂਰਤ ਹੀ ਨਹੀਂ ਹੈਗੀ। ਇੱਕ ਸਵੇਰ ਵੇਲੇ ਤੱਕ ਦਾ ਆਇਆ, ਉਹ ਦੋ ਢਾਈ ਫੇਰ, ਔਰ ਉਹ ਕਹਿ ਰਹੀ ਲੋੜ ਹੀ ਨਹੀਂ ਹੈਗੀ ਜੀ। ਕੀ ਹੋਇਆ, ਜਦੋਂ ਸਵੇਰ ਦੀ ਛੱਡ ਲਈ, ਉਸ ਤੋਂ ਬਾਅਦ ਉਹ ਮਾਲਕ ਜਿਹੜਾ ਸੀ ਉਹਦਾ ਸਤਿਗੁਰੂ ਆਪ ਉਹਦੇ ਘਰ ਦੇ ਵਿੱਚ, ਇੱਕ ਗਾਂ ਸੀ, ਕੋਈ ਡੇਢ ਕੁ ਸਾਲ ਦਾ ਬੱਚਾ ਸੀ ਉਹਦਾ, ਉਹਦਾ ਗਾਹਕ ਬਣ ਕੇ ਆਇਆ। ਆਪਾਂ ਨੂੰ ਪਤਾ ਕੋਈ ਬੱਚਿਆਂ ਨੂੰ ਪੁੱਛਦਾ, ਪਰ ਉਹ ਆਪ ਆਣ ਕੇ ਕਿਤੇ ਬੇਟਾ ਇਹ ਬੱਚਾ ਦੇਣਾ, ਹਾਂਜੀ ਲੈ ਜਾਓ ਜੀ, ਦੱਸੋ ਕਿੰਨੇ ਪੈਸੇ ਲੈਣੇ ਆ, ਕਹਿੰਦੇ ਜੀ 50 ਰੁਪਏ ਦੇ ਛੱਡੋ, ਕਹਿੰਦੇ 9000 ਰੁਪਏ, ਕਹਿੰਦੇ ਇਹਨੂੰ ਪਿੰਡ ਤੋਂ ਬਾਹਰ ਛੱਡਿਓ ਫੜ ਕੇ, ਪਰ ਪਿੰਡ ਤੋਂ ਬਾਹਰ ਛੱਡਿਆ। ਉਸ ਤੋਂ ਬਾਅਦ ਕਹਿੰਦੇ ਜਾਓ ਹੁਣ ਤੁਸੀਂ ਵਾਪਸ। ਜਦੋਂ ਵਾਪਸ ਆ ਗਈ ਆ, ਥੋੜੀ ਦੇਰ ਬਾਅਦ ਮਨ ਚ ਆਇਆ ਇਹ ਕੌਣ ਸੀ, ਬੱਚਿਆਂ ਨੂੰ ਤੇ ਪੁੱਛਦਾ ਹੀ ਕੋਈ ਨੀ, ਉਹਦੇ ਮਨ ਚ ਖਿਆਲ ਆਇਆ। ਜਦੋਂ ਪਿੱਛੇ ਮੁੜ ਕੇ ਦੇਖਿਆ, ਨਾ ਬੱਚਾ ਨਾ ਬੱਚੇ ਵਾਲਾ, ਤੁਸੀਂ ਦੱਸੋ ਇਹ ਕੌਣ ਕਰਦਾ, ਸਾਡਾ ਭਰੋਸਾ ਨੀ। ਹਜ਼ੂਰ ਵੱਡੇ ਮਹਾਰਾਜ ਦੇ ਸਤਸੰਗ ਚ ਇੱਕ ਵਾਕਿਆ ਹੁੰਦਾ ਆ, ਇੱਕ ਬੀਬੀ ਕਿਸੇ ਕਮਾਈ ਵਾਲੇ ਸਾਧੂ ਦੇ ਕੋਲ ਜਾਇਆ ਕਰਦੀ ਸੀ, ਔਰ ਇੱਕ ਬਰਤਨ ਦੇ ਵਿੱਚ ਦੁੱਧ ਲੈ ਕੇ ਜਾਂਦੀ ਹੁੰਦੀ ਸੀ, ਰਸਤੇ ਦੇ ਵਿੱਚ ਇੱਕ ਨਦੀ ਪੈਂਦੀ। ਹੁਣ ਆਪਾਂ ਨੂੰ ਪਤਾ ਆ ਵੀ ਸਰਦੀਆਂ ਦੇ ਵਿੱਚ ਜਿਹੜਾ ਆ ਉਹ ਪੁਲ ਬਣਦੇ ਆ, ਜਦੋਂ ਗਰਮੀ ਸ਼ੁਰੂ ਹੁੰਦੀ ਆ ਉਹ ਪੁਲ ਜਿਹੜੇ ਚੁੱਕ ਲੈ ਜਾਂਦੇ ਆ, ਤੇ ਬਰਫ਼ ਪਿਘਲਣੀ ਸ਼ੁਰੂ ਹੋ ਗਈ, ਉਹ ਪਾਣੀ ਜ਼ਿਆਦਾ ਹੋ ਜਾਂਦਾ, ਇਸ ਕਰਕੇ ਉਹ ਟੈਂਪਰੇਰੀ ਪੁਲ ਜਿਹੜੇ ਆ ਉਹ ਚੁੱਕ ਲੈਂਦੇ ਆ। ਉਹ ਇੱਕ ਦਿਨ ਜਦੋਂ ਪੁਲ ਚੁੱਕਿਆ ਜਾਣਾ ਸੀ, ਉਹ ਸਾਧੂ ਨੂੰ ਆਣ ਕੇ ਬੇਨਤੀ ਕਰਨ ਲੱਗੀ, ਕਹਿੰਦੇ ਵੀ ਮੈਂ ਬੜੀ ਆ ਭਾਗਣ ਆ, ਸਭ ਤੋਂ ਜਿਹੜਾ ਮੈਨੂੰ ਪਤਾ ਲੱਗਾ ਇਹ ਪੁਲ ਜਿਹੜਾ ਆ ਉਹ ਚੁੱਕ ਲਿਆ ਜਾਣਾ ਆ, ਕਹਿੰਦੇ ਉਸ ਤੋਂ ਬਾਅਦ ਮੈਂ ਕਿੱਥੋਂ ਲਾਇਆ ਕਰੂੰਗੀ। ਪਰ ਮਨ ਦੇ ਵਿੱਚ ਪਿਆਸ ਸੀ, ਦਇਆ ਆ ਗਈ, ਕਹਿੰਦੇ ਬੇਟਾ ਜਿਹੜਾ ਮੈਂ ਤੈਨੂੰ ਮੰਤਰ ਦਿੱਤਾ ਇਹਦਾ ਜਾਪ ਕਰਦੇ ਕਰਦੇ ਕਹਿੰਦੇ ਪਾਣੀ ਦੇ ਵਿੱਚ ਵੀ ਆ ਜਾ ਕਰ, ਕਹਿੰਦੇ ਕੁਛ ਨੀ ਹੁੰਦਾ, ਤੈਨੂੰ ਵਿਸ਼ਵਾਸ ਰੱਖ ਆਪਣੇ ਸਤਿਗੁਰੂ ਤੇ। ਹੁਣ ਬੀਬੀ ਭੋਲੀ ਸੀ, ਇਸੇ ਤਰ੍ਹਾਂ ਹੀ ਕੀਤਾ, ਜਦੋਂ ਪਾਣੀ ਚਾਹੀ ਉਹ ਮੰਤਰ ਦਾ ਜਾਪ ਕਰਦੇ ਕਰਦੇ ਆਪਣੇ ਸਤਿਗੁਰੂ ਦਾ ਧਿਆਨ ਕਰਦੇ ਕਰਦੇ, ਉਹਨੂੰ ਪਤਾ ਹੀ ਨਹੀਂ ਪਾਣੀ ਆ ਜਾਂ ਸੁੱਕਾ ਆ। ਇੱਕ ਮਹੰਤ ਉਹ ਦੇਖ ਲਿਆ ਨੇੜੇ ਵੀ ਇਹ ਇੱਕ ਦਿਹਾਤੀ ਔਰਤ ਆ, ਇਹ ਪਤਾ ਨੀ ਕਿਸ ਤਰ੍ਹਾਂ ਜਿਹੜਾ ਇੰਨੇ ਪਾਣੀ ਦੇ ਵਿੱਚ ਦੀ ਲੰਘ ਜਾਂਦੀ ਆ। ਉਹ ਇੱਕ ਦਿਨ ਉਹਨੂੰ ਬੁਲਾ ਕੇ ਪੁੱਛਣ ਲੱਗਾ ਕਿ ਵੱਡੇ ਮਹਾਰਾਜ ਦੇ ਸਤਸੰਗ ਦੇ ਵਿੱਚ ਆ, ਔਰ ਸਾਨੂੰ ਜੋਰਾ ਸਰਕੀ ਸਾਹਿਬ ਨੇ ਵੀ ਕਈ ਵਾਰੀ ਇਹ ਦੱਸਿਆ। ਕਹਿੰਦੇ ਉਹ ਮਹੰਤ ਦੇਖ ਰਿਹਾ, ਇੱਕ ਦਿਨ ਉਹਨੂੰ ਬੁਲਾ ਕੇ ਕਹਿਣ ਲੱਗਾ, ਕਹਿੰਦਾ ਭੈਣ ਤੇ ਤੂੰ ਕਿਸ ਤਰ੍ਹਾਂ ਲੰਘ ਜਾਂਦੀ ਆ ਕਿ ਇੰਨਾ ਪਾਣੀ ਆ, ਦਿਸਦਾ ਤੂੰ ਬਾਹਰ ਖੜੇ ਹੋ ਕੇ ਦੇਖ। ਉਹ ਕਹਿੰਦੀ ਮੈਂ ਤਾਂ ਇੱਕ ਮੈਨੂੰ ਸਤਿਗੁਰ ਨੇ ਇੱਕ ਮੰਤਰ ਦਿੱਤਾ ਆ, ਬਸ ਉਹਨੂੰ ਜਪਦੀ ਜਪਦੀ ਮੈਂ ਚਲੇ ਜਾਂਦੀ ਆ। ਉਹ ਕਹਿੰਦਾ ਮੈਨੂੰ ਵੀ ਦੱਸ ਦੇ, ਹੋਲੀ ਸੀ ਉਹਨੂੰ ਵੀ ਦੱਸ ਦਿੱਤਾ। ਹੁਣ ਉਹ ਬੀਬੀ ਨੂੰ ਵਿਸ਼ਵਾਸ ਸੀ, ਲੇਕਿਨ ਉਹ ਮਹੰਤ ਨੂੰ ਵਿਸ਼ਵਾਸ ਨਹੀਂ ਸੀ। ਮਹੰਤ ਆਪਣੇ ਸਾਥੀਆਂ ਨੂੰ ਕਹਿਣ ਲੱਗਾ ਵੀ ਕੱਲ ਅਸੀਂ ਵੀ ਇਹ ਜਿਹੜੀ ਨਦੀ ਆ ਪਾਰ ਕਰਨੀ ਆ, ਪਰ ਕਹਿੰਦੇ ਏਦਾਂ ਕਰਿਓ, ਕਹਿੰਦੇ ਇੱਕ ਦੋ ਰੱਸੇ ਲੈ ਲਿਓ, ਮੇਰੇ ਲੱਕ ਨੂੰ ਰੱਸਾ ਪਾ ਲਿਓ, ਜਦੋਂ ਮੈਂ ਡੁੱਬਣ ਲੱਗੂੰਗਾ ਕਹਿੰਦੇ ਖਿੱਚ ਲਿਓ, ਮੈਂ ਆਵਾਜ਼ ਦਊਂਗਾ ਤੁਹਾਨੂੰ। ਹੁਣ ਉਹ ਪਹਿਲਾਂ ਜਦੋਂ ਪਾਣੀ ਚ ਕਦਮ ਰੱਖਿਆ, ਆਪਣੇ ਕੱਪੜੇ ਉੱਪਰ ਨੂੰ ਚੁੱਕ ਲਿਆ ਤੇ ਪਾਣੀ ਅੱਗੇ ਡੂੰਘਾ ਹੋਊਗਾ। ਫਿਰ ਜਦੋਂ ਅੱਗੇ ਗਿਆ, ਜਦੋਂ ਗੋਤੇ ਖਾਣ ਲੱਗਾ, ਆਵਾਜ਼ ਮਾਰੀ ਕਹਿੰਦਾ ਖਿੱਚ ਲਓ। ਹੁਣ ਤੁਸੀਂ ਦੇਖੋ ਬੀਬੀ ਲੰਘ ਗਈ ਆ, ਔਰ ਉਹ ਜਿਹੜਾ ਆ ਉਹ ਦੁੱਧਾਂ ਦੇ ਵਿੱਚ ਸੀ, ਉਹਨੂੰ ਯਕੀਨ ਹੀ ਹੈ ਨਹੀਂ ਸੀ। ਇਸ ਦਰਬਾਰ ਦੇ ਵਿੱਚ ਤੇ ਯਕੀਨ ਦਾ ਮੋਲਿਆ ਆਪਾਂ ਭਾਵ ਛੱਡ ਕੇ ਆਪਣਾ ਆਪ ਗੁਰੂ ਦੇ ਹਵਾਲੇ ਕਰ ਦਿੱਤਾ। ਅਸੀਂ ਗੁਰਬਾਣੀ ਦੀਆਂ ਕਰੂੜੀਆਂ ਕਰਦੇ ਹਾਂ, ਸੁਣਦੇ ਹਾਂ, ਉਹਦੇ ਤੇ ਅਮਲ ਨਹੀਂ ਕਰਦੇ। ਦਸਵੀਂ ਪਾਤਸ਼ਾਹੀ ਦੇ ਕੋਲ ਇੱਕ ਸਿੱਖ ਆਇਆ, ਕਹਿਣ ਲੱਗਾ ਜੀ ਮੈਨੂੰ ਕੋਈ ਸੇਵਾ ਦੇ ਦਿਓ। ਦਸਵੀਂ ਪਾਤਸ਼ਾਹੀ ਕਹਿਣ ਲੱਗੇ ਬੇਟਾ ਉਹ ਪੜ੍ਹਿਆ ਕਿੰਨਾ, ਕਹਿੰਦਾ ਜੀ ਮੈਂ ਪੜ੍ਹਿਆ ਤੇ ਕੋਈ ਨੀ। ਕਹਿੰਦੇ ਫਿਰ ਕੋਈ ਤੀਰ ਚਲਾਉਣੀ ਜਾਣਦਾ, ਤਲਵਾਰ ਚਲਾਉਣੀ ਜਾਣਦਾ? ਕਹਿੰਦਾ ਜੀ ਨਾ ਹੀ ਨਾ ਲਾਉਣੇ ਤਾਂ ਮੈਂ ਕੰਮ ਹੀ ਨੀ ਕਦੇ ਕੀਤਾ। ਕਹਿੰਦੇ ਘੋੜੇ ਦੀ ਸਵਾਰੀ ਜਾਣਦਾ? ਕਹਿੰਦਾ ਨਹੀਂ ਜੀ ਮੈਂ ਇਹ ਵੀ ਨੀ ਜਾਣਦਾ। ਕਹਿੰਦੇ ਫਿਰ ਤੈਨੂੰ ਸੇਵਾ ਕਿਹੜੀ ਦਊ? ਉਹ ਆਪ ਹੀ ਕਹਿਣ ਲੱਗਾ, ਕਹਿੰਦਾ ਜੇ ਤੁਹਾਡਾ ਹੁਕਮ ਹੋਵੇ ਤਾਂ ਤੁਹਾਡੇ ਘੋੜਿਆਂ ਨੂੰ ਕਹਿੰਦੇ ਘਾ ਨਾ ਲਿਆ ਕੇ ਪਾ ਦਿਆ ਕਰਾਂ। ਕਹਿੰਦੇ ਜੇ ਤੂੰ ਚਾਹੁੰਦਾ ਤੇ ਇਹੀ ਸੇਵਾ ਲੈ ਲਾ। ਹੁਣ ਘੋੜਿਆਂ ਨੂੰ ਜਿਹੜਾ ਆ ਘਾ ਲਿਆ ਕੇ ਜਿਹੜਾ ਉਹ ਰੰਗੇ ਦੇ ਨਾਲ ਖੋਦ ਕੇ ਘਾ ਜਿਹੜਾ ਆ ਉਹਨੇ ਪਾਉਣਾ ਸ਼ੁਰੂ ਕਰ ਦਿੱਤਾ। ਉਸੀ ਦਿਨਾਂ ਦੇ ਵਿੱਚ ਜਿਹੜਾ ਘੋੜਿਆਂ ਦਾ ਰੰਗ ਰੂਪ ਬਦਲਣਾ ਸ਼ੁਰੂ ਹੋ ਗਿਆ। ਇੱਕ ਦਿਨ ਅਚਾਨਕ ਗੁਰੂ ਸਾਹਿਬ ਤਬੇਲੇ ਦੇ ਵਿੱਚ ਆਏ, ਔਰ ਆ ਕੇ ਦੇਖਿਆ ਜਦੋਂ ਉਹ ਜਿਹੜਾ ਘੋੜਿਆਂ ਦਾ ਮਾਲਕ ਛੱਡਿਆ ਸੀ ਸੇਵਾਦਾਰ, ਉਹਨੂੰ ਪੁੱਛਣ ਲੱਗੇ, ਕਹਿੰਦੇ ਕੀ ਗੱਲ ਬਈ, ਰਾਸ਼ਨ ਵਧਾ ਦਿੱਤਾ ਇਹਨਾਂ ਦਾ? ਵੀ ਘੋੜੇ ਤਾਂ ਜਿਹੜੇ ਆ ਕੇ ਇਹਨਾਂ ਨੂੰ ਬੜੇ ਤਕੜੇ ਆ। ਔਰ ਉਹ ਕੀ ਕਹਿਣ ਲੱਗਾ, ਉਹ ਸੇਵਾਦਾਰ ਕਹਿੰਦਾ ਜੀ ਆਹ ਜਿਹੜਾ ਤੁਸੀਂ ਨਵਾਂ ਸੇਵਾਦਾਰ ਰੱਖਿਆ, ਕਹਿੰਦੀ ਇਹ ਤਾਂ ਜਿਉਂ ਇੱਥੇ ਸੇਵਾ ਦੇ ਵਿੱਚ ਆਇਆ, ਕਹਿੰਦੀ ਇੱਕ ਪੰਜ ਛੱਡ ਕੇ ਜਾਂਦਾ ਦੂਜੀ ਲੈਣ ਚੱਲ ਜਾਂਦਾ, ਕਹਿੰਦੇ ਕੋਈ ਘੋੜਾ ਭੁੱਖਾ ਨਹੀਂ ਰਹਿੰਦਾ, ਬਲਕਿ ਇਹਨਾਂ ਦੇ ਅੱਗੇ ਘਾਹ ਬਚਿਆ ਹੁੰਦਾ। ਇਸ ਕਰਕੇ ਕਹਿੰਦੀ ਇਹਨੇ ਤੇ ਕਮਾਲ ਦੀ ਸੇਵਾ ਕੀਤੀ।
ਉਹ ਜਦੋਂ ਉਹਨੇ ਦਸਵੀਂ ਪਾਤਸ਼ਾਹੀ ਨੂੰ ਇਹ ਗੱਲ ਕਹੀ, ਜਦੋਂ ਸੇਵਾਦਾਰ ਸੇਵਾ ਕਰਦਾ ਗੁਰੂ ਦੇ ਮਨ ਦੇ ਵਿੱਚ ਵੀ ਉਮਾ ਉੱਠਦਾ ਆ ਤੇ ਮੈਂ ਹੁਣ ਇਹਨੂੰ ਕੁਛ ਦੇ ਦਿਆਂ। ਕਹਿੰਦੇ ਭਾਈ ਬੁਲਾਓ ਉਹਨੂੰ। ਜਦੋਂ ਉਹਨੂੰ ਬੁਲਾਇਆ ਉਹਨੂੰ ਕਹਿੰਦੇ ਵੀ ਭਾਈ ਤੇਰਾ ਨਾਂ ਕੀ ਆ? ਕਹਿੰਦਾ ਜੀ ਮੇਰਾ ਨਾਂ ਭਾਈ ਵੇਲਾ ਆ। ਕਹਿੰਦੇ ਵੇਲਿਆ ਮੈਂ ਚਾਹੁੰਦਾ ਆ ਕਿ ਤੂੰ ਪੜ੍ਹਿਆ ਲਿਖਿਆ ਨਹੀਂ। ਕਹਿੰਦਾ ਹਾਂ ਸੱਚੇ ਪਾਤਸ਼ਾਹ। ਕਹਿੰਦੇ ਫਿਰ ਤੂੰ ਕੋਈ ਪੜ੍ਹੇ ਉਹ ਬਾਣੀ ਦਾ ਵਿਚਾਰ ਵੀ ਕਰੇ, ਉਹ ਤੈਨੂੰ ਪਤਾ ਲੱਗੇ ਸੋਝੀ ਆਵੇ। ਕਹਿੰਦਾ ਸੱਚੇ ਪਾਤਸ਼ਾਹ ਮੈਂ ਇਹਨਾਂ ਗੱਲਾਂ ਚੋਂ ਕੀ ਲੈਣਾ? ਸੇਵਾ ਤੁਸੀਂ ਦੇ ਦਿੱਤੀ ਆ, ਮੈਂ ਕਿਹੜਾ ਪੜ੍ਹ ਕੇ ਬਾਹੂ ਪਾਣਾ? ਕਹਿੰਦੇ ਮੈਨੂੰ ਇਸ ਚੱਕਰ ਚ ਨਾ ਪਾਓ, ਮੈਨੂੰ ਪੜ੍ਹਨਾ ਨੀ ਆਉਣਾ। ਗੁਰੂ ਸਾਹਿਬ ਕਹਿੰਦੇ ਨਹੀਂ, ਮੈਂ ਤੈਨੂੰ ਕਹਿ ਰਿਹਾ ਤੈਨੂੰ ਪੜ੍ਹਨਾ ਆਉਣਾ ਆਊਗਾ। ਕਹਿੰਦੇ ਕਹਿੰਦੇ ਇੱਕ ਇੱਕ ਲਫ਼ਜ਼ ਜਿਹੜਾ ਆ ਤੂੰ ਰੋਜ਼ ਯਾਦ ਕਰ ਰਿਹਾ ਕਰੀ। ਕਹਿੰਦੇ ਤੁਪਕਾ ਤੁਪਕਾ ਭਾਰ ਜਿਹੜਾ ਆ ਉਹਦੇ ਨਾਲ ਤਾਂ ਕਹਿੰਦੇ ਬਰਤਨ ਵੀ ਭਰ ਜਾਂਦਾ, ਤੇ ਤੂੰ ਕਹਿੰਦੀ ਇੱਕ ਇੱਕ ਲਫ਼ਜ਼ ਯਾਦ ਕਰਕੇ ਵਿਦਵਾਨ ਨਾ ਬਣ ਸਕੇਗਾ? ਕਹਿੰਦੇ ਇਹ ਕਿਸ ਤਰ੍ਹਾਂ ਹੋ ਸਕਦਾ? ਉਹ ਫਿਰ ਅੱਗੇ ਉਹ ਹੱਥ ਜੋੜ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਤੁਹਾਡੀਆਂ ਤੁਸੀਂ ਜਾਣੋ, ਤੁਸੀਂ ਮੈਨੂੰ ਫਿਰ ਉਹ ਜਿਹੜਾ ਲਫ਼ਜ਼ ਯਾਦ ਕਰਾਉਣਾ ਦੱਸ ਦਿਆ ਕਰੋ ਰੋਜ਼, ਤੇ ਮੈਂ ਉਹੀ ਤੁਕ ਜਿਹੜੀ ਆ ਉਹ ਜ਼ੁਬਾਨੀ ਯਾਦ ਕਰਕੇ ਤੁਹਾਨੂੰ ਸੁਣਾ ਦਿਆ ਕਰੂੰਗਾ। ਹੁਣ ਭਾਈ ਬੇਲਾ ਵੀ ਖੁਸ਼ ਤੇ ਗੁਰੂ ਸਾਹਿਬ ਵੀ ਖੁਸ਼। ਕੀ ਹੋਇਆ, ਇੱਕ ਦਿਨ ਗੁਰੂ ਸਾਹਿਬ ਕਿਤੇ ਸਵੇਰੇ ਘੋੜੇ ਤੇ ਅਚਾਨਕ ਜਾਣ ਲੱਗੇ। ਭਾਈ ਬੇਲਾ ਮਨ ਚ ਸੋਚਦਾ ਕਿ ਗੁਰੂ ਸਾਹਿਬ ਤਾਂ ਚੱਲ ਚੱਲੇ, ਅੱਜ ਤੱਕ ਉੱਥੋਂ ਕੀ ਨੀ ਦੇ ਕੇ ਗਏ, ਇਸ ਕਰਕੇ ਪਿੱਛੇ ਭੱਜਾ। ਕਿਤਾ ਗੁਰੂ ਜੀ ਮਹਾਰਾਜ, ਗੁਰੂ ਜੀ ਮਹਾਰਾਜ, ਕਹਿੰਦਾ ਰੁਕਿਓ ਜਰਾ। ਹੁਣ ਗੁਰੂ ਸਾਹਿਬ ਜਲਦੀ ਦੇ ਵਿੱਚ ਸੀ, ਕਹਿੰਦੇ ਹਾਂ ਦੱਸ। ਕਹਿੰਦਾ ਜੀ ਅੱਜ ਤੁਸੀਂ ਆਪ ਹੀ ਭੁੱਲ ਗਏ ਆ, ਮੈਨੂੰ ਸੁਣ ਕੇ ਨੀ ਦੇ ਕੇ ਗਏ ਆ, ਮੈਂ ਸ਼ਾਮ ਨੂੰ ਸੁਣਾਊਂਗਾ ਕੀ? ਗੁਰੂ ਸਾਹਿਬ ਕਹਿੰਦੇ ਅੱਜ ਉਹ ਕੇ ਜਲਦੀ ਚ ਸੀ। ਉਹ ਕਹਿੰਦੇ ਵਾਹ ਭਾਈ ਵੇਲਾ, ਨਾ ਪਛਾਣੇ ਵਕਤ ਤੇ ਨਾ ਪਛਾਣੇ ਵੇਲਾ। ਇੰਨੀ ਗੱਲ ਸੁਣੀ, ਬਸ ਅਗਲੀ ਗੱਲ ਪੁੱਛੀ ਹੀ ਨੀ, ਉਹੀ ਰਟਣ ਲੱਗ ਗਿਆ। ਉਹ ਜਿਹੜਾ ਸੁਣੇ ਵਾਹ ਭਾਈ ਵੇਲਾ, ਨਾ ਪਛਾਣੇ ਵਕਤ, ਨਾ ਪਛਾਣੇ ਵੇਲਾ, ਉਹ ਸਾਰੇ ਜਿਹੜੇ ਪੜ੍ਹੇ ਲਿਖੇ ਸੀ ਉਹਨਾਂ ਦੇ ਲਈ ਉਹ ਮਾਹੌਲ ਦਾ ਕਾਰਨ ਹੋ ਗਿਆ। ਉਹ ਸਾਰੇ ਕਹਿੰਦੇ ਅੱਜ ਅਜੀਬ ਤਮਾਸ਼ਾ ਹੋਊਗਾ, ਜਦੋਂ ਗੁਰੂ ਸਾਹਿਬ ਆਉਣਗੇ ਦੱਸਾਂਗੇ ਪਿਆਰ ਜਿਹੜਾ ਭਾਈ ਵੇਲਾ ਤੁਸੀਂ ਨਵਾਂ ਸੇਵਾ ਦਾ ਰੱਖਿਆ, ਇਹਦੇ ਅਜੀਬ ਹੀ ਤੁਕ ਜਿਹੜਾ ਆ ਅੱਜ ਯਾਦ ਕਰੀ ਜਾਂਦਾ। ਸ਼ਾਮ ਨੂੰ ਜਦੋਂ ਗੁਰੂ ਸਾਹਿਬ ਆਏ ਤੇ ਉਹਨਾਂ ਨੂੰ ਕਹਿਣ ਲੱਗੇ, ਕਹਿੰਦੇ ਜੀ ਅੱਜ ਤੁਸੀਂ ਭਾਈ ਵੇਲੇ ਨੂੰ ਕੋਈ ਤੁਕ ਦੇ ਕੇ ਗਏ ਸੀ? ਗੁਰੂ ਸਾਹਿਬ ਕਹਿੰਦੇ ਨਹੀਂ, ਮੈਂ ਤਾਂ ਕੋਈ ਨੀ ਦੇ ਕੇ ਗਿਆ। ਕਹਿੰਦੇ ਜੀ ਉਹ ਤਾਂ ਅਜੀਬ ਹੀ ਤੁਕ ਜਿਹੜਾ ਯਾਦ ਕਰੀ ਜਾਂਦਾ। ਕਹਿੰਦੇ ਸਦੋਂ ਉਹਨੂੰ ਜਦੋਂ ਉਹਨੂੰ ਬੁਲਾਇਆ ਤੇ ਕਹਿੰਦੇ ਹਾਂ ਭਾਈ ਵੇਲਿਆ, ਉਹ ਤੁਕ ਯਾਦ ਹੋ ਗਈ। ਕਹਿੰਦੇ ਸੱਚੇ ਪਾਤਸ਼ਾਹ ਇਹਨਾਂ ਨੇ ਭੁਲਾਉਣ ਲਈ ਤਾਂ ਬੜੀ ਕੋਸ਼ਿਸ਼ ਕੀਤੀ ਪਰ ਮੈਂ ਯਾਦ ਕਰ ਲਈ ਆ। ਕਹਿੰਦੇ ਕਹਿੰਦੇ ਅੱਛਾ ਸੁਣਾ ਫਿਰ। ਜਦੋਂ ਸੁਣਾਈ ਕਹਿੰਦੇ ਵਾਹ ਭਾਈ ਵੇਲਾ, ਨਾ ਪਛਾਣੇ ਵਕਤ, ਨਾ ਪਛਾਣੇ ਵੇਲਾ, ਉਹ ਤਿੰਨ ਚਾਰ ਵਾਰ ਜਦੋਂ ਰਿਪੀਟ ਕੀਤੀ ਗੁਰੂ ਉਹਨਾਂ ਦੇ ਮਨ ਦੇ ਵਿੱਚ ਇੰਨਾ ਉਮਾ ਉੱਠਿਆ, ਉੱਠ ਕੇ ਖੜੇ ਹੋਏ, ਇਸ ਤਰ੍ਹਾਂ ਬਾਹਾਂ ਕੀਤੀਆਂ, ਕਹਿੰਦੇ ਉਰੇ ਆ, ਛਾਤੀ ਨਾਲ ਆ ਲਿਆ। ਔਰ ਜਦੋਂ ਛਾਤੀ ਨਾਲ ਆਇਆ ਇੱਕਦਮ ਉਹਦਾ ਪਰਦਾ ਖੁੱਲ ਗਿਆ। ਭਾਈ ਵੇਲਾ ਜਿਹੜਾ ਜ਼ਮੀਨ ਤੇ ਡਿੱਗ ਗਿਆ ਉਹ ਕਿਸੇ ਰੰਗ ਦੇ ਵਿੱਚ ਆ, ਉਹ ਸਾਰੇ ਦੇਖ ਰਹੇ ਆ ਜਿਹੜੇ ਪੜ੍ਹੇ ਲਿਖੇ, ਜਿਹਨਾਂ ਨੇ ਕਿੰਨੇ ਗ੍ਰੰਥਾਂ ਦੇ ਉਲੱਥੇ ਕੀਤੇ, ਜਿਹੜੇ ਜੰਗ ਚ ਵੀ ਜਾਂਦੇ ਸੀ, ਉਹ ਸਾਰੇ ਸੋਚਦੇ ਆ ਕਹਿੰਦੇ ਗੁਰੂ ਘਰ ਚ ਵੀ ਬੇਇਨਸਾਫੀ ਆ। ਕਹਿੰਦੇ ਗੁਰੂ ਦੇਖੋ ਜਦੋਂ ਦਿਆਲ ਹੋਇਆ ਦਇਆ ਕੀਤੀ, ਇੱਕ ਗਵਾਰ ਤੇ ਕਹਿੰਦੇ ਕਰ ਦਿੱਤੀ, ਇੱਕ ਅਨਪੜ੍ਹ ਤੇ ਕਰ ਦਿੱਤੀ, ਜਿਹਨੂੰ ਕਹਿੰਦੇ ਇਹ ਵੀ ਨੀ ਪਤਾ ਵੀ ਮੈਂ ਕਹਿ ਕੀ ਰਿਹਾ। ਔਰ ਉਹਨਾਂ ਨੇ ਮਨ ਦੇ ਵਿੱਚ ਜਿਹੜਾ ਆ ਬੜੀ ਇਸ ਗੱਲ ਨੂੰ ਬੁਰਾ ਮਨਾਇਆ। ਗੁਰੂ ਸਾਹਿਬ ਸਮਝ ਗਏ, ਅਗਲੇ ਦਿਨ ਸਾਰਿਆਂ ਨੂੰ ਬੁਲਾ ਕੇ ਕਹਿਣ ਲੱਗੇ, ਕਹਿੰਦੇ ਭਾਈ ਕਹਿੰਦੇ ਏਦਾਂ ਕਰੋ, ਤੁਸੀਂ ਜਿੰਨੇ ਜਾਣੇ ਹੈਗੇ ਆ, ਕਹਿੰਦੇ ਇੱਕ ਤਾਂ ਆਪਣਾ ਆਪਣਾ ਘੜਾ ਲੈ ਕੇ ਆਓ, ਆਪਣੀ ਆਪਣੀ ਭੰਗ ਲੈ ਕੇ ਆਓ, ਇੱਕ ਕੁੰਡਾ ਤੇ ਡੰਡਾ ਵੀ ਲੈ ਕੇ ਆਓ। ਉਹ ਸਾਰਿਆਂ ਨੇ ਸਭ ਕੁਝ ਲੈਂਦਾ। ਕਹਿੰਦੇ ਹੁਣ ਏਦਾਂ ਕਰੋ ਵੀ ਇਹ ਭੰਗ ਰਗੜ ਰਗੜ ਕੇ ਕਹਿੰਦੇ ਘੜੇ ਭਰਨੇ ਆ। ਸਾਰਿਆਂ ਨੇ ਸੱਤ ਵਚਨ ਕਹਿ ਕੇ ਸ਼ੁਰੂ ਕਰ ਦਿੱਤਾ। ਔਰ ਉਸ ਤੋਂ ਬਾਅਦ ਜਦੋਂ ਭਰ ਗਏ, ਕਹਿੰਦੇ ਸਾਰਿਆਂ ਨੇ ਭਰ ਗਏ, ਕਹਿੰਦੇ ਹੁਣ ਇਸ ਤਰ੍ਹਾਂ ਕਰੋ ਵੀ ਇੱਕ ਇੱਕ ਪਿਆਲਾ ਲੈ ਲਓ, ਇਹ ਘੜੇ ਦੇ ਵਿੱਚੋਂ ਕੱਢ ਕੇ ਕਹਿੰਦੇ ਇਹਨੂੰ ਕਰੂਲੀ ਕਰਨੀ ਆ ਮੂੰਹ ਦੇ ਵਿੱਚ, ਯਾਨੀ ਇਹ ਧਿਆਨ ਰੱਖਣਾ ਵੀ ਇਹ ਭੰਗ ਜਿਹੜੀ ਆ ਅੰਦਰ ਨਾ ਜਾਵੇ। ਕਹਿੰਦੇ ਸੱਤ ਵਚਨ ਜੀ ਏਦਾਂ ਹੀ ਹੋਊਗਾ। ਉਹ ਸਾਰਿਆਂ ਨੇ ਜਿਹੜੇ ਆ ਉਹ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਸਾਰਿਆਂ ਦੇ ਘੜੇ ਖਾਲੀ ਹੋ ਗਏ, ਸਾਰੇ ਕਹਿੰਦੇ ਸੱਚੇ ਪਾਤਸ਼ਾਹ ਵੀ ਖਾਲੀ ਹੋ ਗਏ ਆ। ਗੁਰੂ ਸਾਹਿਬ ਕਹਿਣ ਲੱਗੇ, ਕਹਿੰਦੇ ਵੀ ਉਹ ਉੱਠ ਕੇ ਦੱਸੇ ਜਿਹਨੂੰ ਨਸ਼ਾ ਹੋਇਆ, ਇਹਦਾ ਭੰਗ ਦਾ ਕੋਈ ਨਸ਼ਾ ਆਇਆ। ਉਹ ਸਾਰੇ ਇੱਕ ਦੂਜੇ ਵਾਲਾ ਦੇਖਣ, ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਤਾਂ ਕਿਹਾ ਸੀ ਇਹਨਾਂ ਨੂੰ ਅੰਦਰ ਨਹੀਂ ਨਗਾਉਣਾ, ਇਹ ਤਾਂ ਕਰੂਲੀ ਕਰਨੀ ਆ। ਗੁਰੂ ਸਾਹਿਬ ਨੇ ਕੀ ਕਿਹਾ? ਕਹਿੰਦੇ ਤੁਹਾਡੀ ਕੱਲ ਦੀ ਜਿਹੜੀ ਗੱਲ ਸੀ ਉਹਦਾ ਮੈਂ ਤੁਹਾਨੂੰ ਜਵਾਬ ਆ ਦੇ। ਤੁਸੀਂ ਕਹਿੰਦੇ ਭਾਈ ਵੇਲੇ ਨਾਲ ਨਫ਼ਰਤ ਕੀਤੀ ਸੀ, ਭਈ ਇਹ ਅਨਪੜ੍ਹ ਆ, ਇਹਨੂੰ ਪਤਾ ਕੁਛ ਨੀ। ਕਹਿੰਦੇ ਇਹਦੇ ਲਈ ਗੁਰੂ ਦੇ ਮੂੰਹ ਚੋਂ ਨਿਕਲਿਆ ਕੋਈ ਵੀ ਲਫ਼ਜ਼ ਬਾਣੀ ਸੀ, ਮੈਂ ਇਹਨੂੰ ਇਹ ਕਿਹਾ ਵਾਹ ਭਾਈ ਵੇਲਾ, ਨਾ ਪਛਾਣੇ ਵਕਤ, ਨਾ ਪਛਾਣੇ ਵੇਲਾ, ਇਹਨੇ ਸੋਚਿਆ ਹੀ ਨਹੀਂ ਵੀ ਇਹਦਾ ਮਤਲਬ ਕੀ ਹੁੰਦਾ ਹੈ। ਕਹਿੰਦੇ ਤੁਸੀਂ ਗੁਰਬਾਣੀ ਦੀਆਂ ਤਰੋਲੀਆਂ ਕਰਦੇ ਆ, ਪਰ ਇਹ ਉਹ ਆ ਵੀ ਜਿੱਥੇ ਵੀ ਗੁਰੂ ਦੇ ਮੁਖਾਰ ਵਿੱਚ ਜਿਹੜਾ ਲਫ਼ਜ਼ ਨਿਕਲ ਜਾਂਦਾ ਇਹਦੇ ਲਈ ਬਾਣੀ ਆ। ਇਸ ਕਰਕੇ ਕਹਿੰਦੇ ਇਸ ਦਾਸ ਦਾ ਹੱਕਦਾਰ ਇਹੀ ਆ, ਤੁਸੀਂ ਨਹੀਂ ਹੋ ਸਕਦੇ। ਇਸ ਕਰਕੇ ਵੀ ਗੁਰੂ ਘਰ ਦੇ ਵਿੱਚ ਜੋ ਸਾਨੂੰ ਕਿਹਾ ਜਾਂਦਾ ਆਪਣੀ ਅਕਲ ਬੁੱਧੀ ਜਿਹੜੀ ਆ
ਇਹਨੂੰ ਇੱਕ ਪਾਸੇ ਛੱਡ ਦੇਗੀ। ਉਹਦੀ ਵੋਟ ਆਸਰਾ ਲੈ ਕੇ ਬਸ ਜਿਵੇਂ ਸਾਨੂੰ ਕਿਹਾ ਜਾਂਦਾ ਇਹ ਕੋਈ ਰਹਿਤ ਰੱਖ ਕੇ ਸੱਚ ਦਾ ਜਿਹੜਾ ਰਸਤਾ ਫੜ ਲਈਏ, ਇਹ ਝੂਠ ਫਰੇਬ ਜਿਹੜੇ ਹੋਰ ਪਹਿਲਾਂ ਸੀ ਉਹਨਾਂ ਨੂੰ ਛੱਡ ਦੇਈਏ, ਪਿੱਛੇ ਛੱਡ ਦੇਈਏ। ਅਗਰ ਸਾਡੇ ਵੱਸ ਦੀ ਗੱਲ ਨਹੀਂ ਉਹ ਮਾਲਕ ਦੇ ਅੱਗੇ ਦੁਆ ਕਰੀਏ, ਬਾਬਾ ਜੀ ਮੇਰੇ ਤੋਂ ਝੂਠ ਨਹੀਂ ਛੁੱਟਦਾ, ਬਾਬਾ ਜੀ ਮੇਰਾ ਮਨ ਲਾਲਚੀ ਆ, ਮੇਰੇ ਤੇ ਤਰਸ ਕਰੋ। ਜਦੋਂ ਕਿਤੇ ਉਹ ਸਾਹਿਬ ਦੇ ਦਰਸ਼ਨ ਕਰਦੇ ਆ ਇਹ ਆਪਣੀਆਂ ਕਮਜ਼ੋਰੀਆਂ ਅੱਗੇ ਰੱਖਿਆ ਕਰੀਏ। ਔਰ ਉਸ ਤੋਂ ਬਾਅਦ ਤੁਸੀਂ ਦੇਖੋਗੇ ਮਾਲਕ ਦੀ ਦਇਆ ਮੇਰ ਬਖਸ਼ਿਸ਼। ਲੇਕਿਨ ਅਸੀਂ ਤਾਂ ਇਹ ਮੰਗਦੇ ਹੀ ਨਹੀਂ, ਅਸੀਂ ਤੇ ਮੰਗਦੇ ਹੀ ਕੁਛ ਹੋ ਰਿਹਾ।